ਅੱਜ ਤੜਕੇ ਉੱਠ ਕੇ ਆਪਾਂ ਗਏ ਜੀ ਫੁੱਟਬਾਲ ਖੇਡਣ। ਉਰੇ ਸਾਰੇ ਸੌਕਰ ਕਹਿੰਦੇ ਆ। ਪਹਿਲਾਂ ਆਪਾਂ ਕੀਤਾ ਮਿੱਠਾ ਮਿੱਠਾ ਵਾਰਮ ਅਪ, ਅਤੇ ਉਹ ਤੋਂ ਬਾਅਦ ਆਪਾਂ ਥੋੜ੍ਹੀ ਕੀਤੀ ਸਕਿੱਲਸ ਦੀ ਪ੍ਰੈਕਟਿਸ, ਥੋੜ੍ਹੇ ਜਿਹੇ ਕੀਪ ਅਪਸ, ਫਿਰ ਪਾਸਿੰਗ ਕੀਤੀ ਟੀਮ ਦੇ ਨਾਲ, ਮਾੜਾ ਮੋਟਾ ਇੱਦਾਂ ਖੇਡੀ ਗਏ, ਨਾਲੇ ਗੱਲਾਂ ਬਾਤਾਂ ਕਰੀ ਗਏ, ਅਤੇ ਨਾਲ ਹੀ ਵਾਰਮ ਅਪ ਹੋਈ ਗਿਆ। ਵੈਦਰ ਬਹੁਤ ਜ਼ਿਆਦਾ ਸੋਹਣਾ ਸੀਗਾ। ਲਓ ਜੀ ਮੈਚ ਸ਼ੁਰੂ ਹੋ ਗਿਆ, ਰੈੱਡ ਟੀਮ ਵਰਸਿਸ ਗ੍ਰੀਨ ਟੀਮ। ਉਹ ਸਾਡੇ ਰੈੱਡ ਟੀਮ ਦਾ ਸਟ੍ਰਾਈਕਰ, ਉਹ ਮੂਹਰੇ ਨਿਕਲ ਕੇ ਮੈਂ ਪਿੱਛੇ ਹੱਥ ਕਰੀ ਜਾਂਦਾ ਵੀ ਪਿੱਛੇ ਨੂੰ ਮੋੜ ਦਿਉ ਬੋਲ, ਅਤੇ ਆ ਫਿਰ ਮੈਂ ਭੱਜ ਕੇ ਜੇ ਜ਼ੋਰ ਲਾ ਕੇ ਗਿਆ, ਅਤੇ ਫਿਰ ਮੈਂ ਡੀ 'ਚੋਂ ਸਾਡਾ ਗੋਲ ਹੁੰਦਾ, ਡੀ 'ਚ ਜਾ ਕੇ ਆਪਾਂ ਸ਼ੋਟ ਬਣਾਇਆ, ਪਰ ਸਾਡੇ ਕੀਪਰ ਸਾਹਿਬਾਨ ਨੇ ਬੋਲ ਰੋਕ ਲਈ। ਸਾਡੀ ਟੀਮ ਜਿੱਤ ਗਈ, ਸਾਡੀ ਜਿੱਤੀ ਆ, ਸਾਡੀ ਗ੍ਰੀਨ ਟੀਮ ਜਿੱਤੂ। ਹਾਂ ਯਾਰ, ਗੋ ਡਿਫੈਂਸ, ਗੋ ਡਿਫੈਂਸ, ਵੀ ਆਰ ਦਾ ਬੈਸਟ। ਵਧੀਆ ਜਿੱਤੇ ਦੋ, ਥੈਂਕ ਯੂ। ਨਹੀਂ ਨਹੀਂ, ਸਕੋਰ ਵੀ ਦੱਸੋ ਦੁਬਾਰਾ ਦੁਬਾਰਾ। ਗੁਰਪਾਲ ਨੇ ਕੱਖ ਨਹੀਂ ਕੀਤਾ। ਕੀ ਫੇਸ ਇੱਥੇ ਗਾਣਾ ਲਾ ਦੇ, ਜਿਵੇਂ ਨਾ ਹੋ ਭਾਈ, ਤੇ ਗੋਲ ਕੀਤਾ ਕੋਈ ਨਾ, ਕਿਹੜਾ ਸਾਰੀਆਂ ਬਾਲ ਮਾਰ ਰਿਹਾ, ਜਿਹੜਾ ਮੈਂ ਲੱਗਾ ਉਹ ਨਹੀਂ ਵੇਖਿਆ। ਇੱਕ ਗੱਲ ਗਲਤ ਆ, ਸਾਡਾ ਬੋਲਾ ਰੂਪੇ ਪੁੱਛ, ਤੂੰ ਭਾਈ ਬਾਲ ਰੋਕਿਆ ਕੋਈ, ਇਹ ਬੋਲ। ਜਦੋਂ ਮੈਂ ਸੌਕਰ ਵਾਲੀ ਜੀ ਸਟੋਰੀ ਪਾਉਂਦਾ ਹੁੰਦਾ ਇੰਸਟਾਗ੍ਰਾਮ 'ਤੇ, ਤਾਂ ਬਹੁਤ ਜਾਣੇ ਮੈਸੇਜ ਕਰਦੇ, ਵੀਰੇ ਯਾਰ ਅਸੀਂ ਵੀ ਖੇਡਣਾ ਨਾਲ। ਹੁਣ ਸਾਡੇ ਬੰਦੇ ਪਹਿਲਾਂ ਹੀ ਬਹੁਤ ਜ਼ਿਆਦਾ ਪੂਰੇ ਆ, ਦਵਿੰਦਰ ਸਿੰਘ, ਸਾਨੂੰ ਇੱਕ ਜਿੰਮ ਮਿਲਿਆ ਵਾ, ਇਹਨੇ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕੀਤਾ ਸੀ ਵੀ ਮੈਂ ਵੀ ਖੇਡਣ ਆਉਣਾ। ਦੇਖ ਮੈਂ ਬੰਦੇ ਲਿਆਉਣਾ ਜਿਹੜੇ ਮੈਨੂੰ ਮੈਸੇਜ ਕਰਦੇ, ਇਹਨੂੰ ਲਿਆਉਂਦਾ, ਆਯੂਸ਼ ਆ ਸਾਡੇ ਨਾਲ ਮੁੰਡਾ ਖੇਡਦਾ, ਉਹਨੂੰ ਉਹਦਾ ਹੀ ਮੈਸੇਜ ਆਇਆ ਸੀਗਾ ਮੈਂ ਵੀ ਖੇਡਣ ਲੱਗਣਾ, ਉਹਨੂੰ ਵੀ ਮੈਂ ਲਿਆਉਂਦਾ। ਉਹ ਸਭ ਤੋਂ ਵੱਧ ਸੱਟਾ ਇਹੀ ਮੇਰੇ ਮਾਰ ਦਿਆ, ਉਹੀ ਮਾਰਦਾ ਸੀ ਸਭ ਤੋਂ ਵੱਧ ਸੱਟਾ। ਨਹੀਂ ਨਹੀਂ, ਮੇਰਾ ਮੇਰਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਕੁੜੀ ਸਰਾਣਾ ਚੱਕੀ ਫਿਰਦੀ ਆ, ਇੱਧਰ ਗੱਦਾ ਵੀ ਦੇਖੋ ਥੱਲੇ ਲੱਗ ਚੁੱਕਿਆ ਵਾ, ਮੈਨੂੰ ਲੱਗਦਾ ਕੋਈ ਇੰਡੀਆ ਤੋਂ ਆ ਰਿਹਾ ਵਾ। ਸ਼ਨ ਕੌਣ ਆ ਰਿਹਾ? ਇੰਡੀਆ ਤੋਂ ਆ ਰਹੇ ਨੇ ਜੀ ਮੇਰੇ ਮੰਮੀ। ਹਾਂ, ਵੈਸੇ ਵੀ ਜਿਹਨੇ ਇੰਸਟਾਗ੍ਰਾਮ 'ਤੇ ਵੀਡੀਓ ਦੇਖ ਲਈ ਉਹਨੇ, ਵੀਡੀਓ ਕਾਫੀ ਚੱਲ ਗਈ, 1-2 million ਚੱਲ ਗਈ, ਸਾਰਿਆਂ ਨੂੰ ਪਤਾ ਹੀ ਹੋਣਾ। ਮੈਂ ਕਿਹਾ ਫਿਰ ਵੀ ਤੁਹਾਨੂੰ ਦੱਸਦੀ ਹੈ ਸਾਰਿਆਂ ਨੂੰ, ਇੰਡੀਆ ਤੋਂ ਚਾਹੇ ਕੋਈ ਵੀ ਆਵੇ ਫੁੱਲ ਚਾਹ ਹੁੰਦਾ। ਚਲੋ ਜੀ ਮੈਂ ਅੰਗਦ ਨੂੰ ਦੇਖਾਂ ਹੁਣ। ਅਤੇ ਵੈਸੇ ਵੀ ਜਦੋਂ ਆਪਾਂ ਇੰਡੀਆ ਤੋਂ ਕਨੇਡਾ ਆਉਂਦੇ ਹਾਂ ਜੀ, ਤਾਂ ਮੇਨ ਆਪਣਾ ਰੀਜ਼ਨ ਹੁੰਦਾ ਆਪਾਂ ਬੈਟਰ ਲਾਈਫ ਵਾਸਤੇ ਆਉਂਦੇ ਹਾਂ, ਬੈਟਰ ਫਿਊਚਰ ਵਾਸਤੇ ਆਉਂਦੇ ਹਾਂ, ਵੱਧੋ ਵੱਧ ਪੈਸਾ ਕਮਾ ਸਕੀਏ, ਤਾਂ ਕਿ ਆਪਣੀ ਉਰੇ ਵੀ ਕਨੇਡਾ ਦੇ ਵਿੱਚ ਲਾਈਫ ਸੌਖੀ ਹੋ ਜਾਵੇ, ਅਤੇ ਗਾਹਾਂ ਜਿਹੜੇ ਆਪਣੇ ਪੈਸੇ ਨੇ ਆਪਾਂ ਇੰਡੀਆ ਵੀ ਆਪਣੀ ਫੈਮਿਲੀ, ਕਈਆਂ ਦੀਆਂ ਪਿੱਛੇ ਘਰ ਵਾਲੀਆਂ ਨੇ, ਕਈਆਂ ਦੇ ਭੈਣ ਭਰਾ ਨੇ, ਵੀ ਉੱਧਰ ਵੀ ਭੇਜੀ ਜਾਈਏ। ਅਤੇ ਹਰੇਕ ਉਰੇ ਆ ਕੇ ਇੰਨਾ ਬਿਜ਼ੀ ਹੋ ਜਾਂਦਾ ਕੰਮਾਂ ਦੇ ਵਿੱਚ, ਇੰਨਾ ਉਲਝ ਜਾਂਦਾ ਕਿ ਬੰਦਾ ਬਹੁਤ ਚੀਜ਼ਾਂ ਬਾਰੇ ਸੋਚਦਾ ਹੀ ਨਹੀਂ ਹੈਗਾ। ਬੰਦਾ ਕਾਰ ਲੈਂਦਾ ਤਾਂ ਆਟੋ ਇੰਸ਼ੋਰੈਂਸ ਲੈ ਲੈਂਦਾ, ਹੋਮ ਲੈਂਦਾ ਤਾਂ ਹੋਮ ਇੰਸ਼ੋਰੈਂਸ ਲੈ ਲੈਂਦਾ, ਪਰ ਬੰਦਾ ਆਪਣੀ ਇੰਸ਼ੋਰੈਂਸ ਲੈਣੀ ਭੁੱਲ ਜਾਂਦਾ ਵਾ। ਮਤਲਬ ਸੋਚੋ ਵੀ ਜੇ ਕੱਲ੍ਹ ਤੁਹਾਨੂੰ ਕੁਛ ਹੋ ਗਿਆ, ਜਿਹੜੀ ਤੁਹਾਡੀ ਇੰਡੀਆ ਬੈਕ ਹੋਮ ਫੈਮਿਲੀ ਆ, ਉਹ ਕਿੰਨੀ ਜ਼ਿਆਦਾ ਔਖੀ ਹੋਊਗੀ ਪੈਸੇ ਵੱਲੋਂ। ਪਹਿਲੇ ਕੁਛ ਸਾਲਾਂ ਦੇ ਵਿੱਚ ਇੰਸ਼ੋਰੈਂਸ ਨਾ ਲੈਣ ਦਾ ਮੇਨ ਕਾਰਨ ਹੁੰਦਾ ਵੀ ਇੱਕ ਤਾਂ ਬੰਦਾ ਬਿਜ਼ੀ ਇੰਨਾ ਹੋ ਜਾਂਦਾ, ਇਹ ਚੀਜ਼ ਬਾਰੇ ਸੋਚਦਾ ਹੀ ਨਹੀਂ। ਆਪਾਂ ਕਿੱਥੇ ਸੋਚਦੇ ਵੀ ਆਪਾਂ ਨੂੰ ਕੱਲ੍ਹ ਕੁਝ ਹੋਜੂਗਾ, ਆਪਾਂ ਤਾਂ ਕਹਿੰਦੇ ਆਪਾਂ ਤਾਂ ਇੰਨੇ ਸਾਲ ਜਿਉਣਾ ਵਾ, ਪਰ ਪਤਾ ਕਿਸੇ ਨੂੰ ਨਹੀਂ ਹੈਗਾ। ਅਤੇ ਦੂਜਾ, ਆਪਾਂ ਬਹੁਤ ਹੀ ਟਾਈਟ ਬਜਟ 'ਤੇ ਹੁੰਦੇ ਹਾਂ ਪਹਿਲੇ ਕੁਛ ਸਾਲ, ਖਾਸ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਆਪਾਂ ਨੂੰ ਆਉਂਦਾ ਵੀ ਕਿੱਥੋਂ ਪੈਸਾ ਬਚ ਜੇ ਬਚਾ ਲਏ, ਇਸ ਕਰਕੇ ਆਪਾਂ ਲਾਈਫ ਇੰਸ਼ੋਰੈਂਸ, ਟਰਮ ਇੰਸ਼ੋਰੈਂਸ ਲੈਣ ਬਾਰੇ ਸੋਚਦੇ ਹੀ ਨਹੀਂ ਹੈਗੇ। ਪਰ ਜੇ ਮੈਂ ਤੁਹਾਨੂੰ ਦੱਸਾਂ, ਤੁਸੀਂ ਉਰੇ ਬੈਠੇ ਬੈਠੇ ਜੀ ਇੰਡੀਆ ਤੋਂ ਆਪਣੀ ਟਰਮ ਇੰਸ਼ੋਰੈਂਸ ਕਰਵਾ ਸਕਦੇ ਹੋ, ਉਹ ਵੀ 30-50% ਲੋਅਰ ਪ੍ਰੀਮੀਅਮ 'ਤੇ, ਸਪੈਸ਼ਲੀ ਕੰਟਰੀਜ਼ ਲਾਈਕ UAE, ਸਿੰਗਾਪੁਰ, ਅਤੇ ਆਪਣੀ ਫੈਮਿਲੀ ਵਾਸਤੇ ਇੱਕ ਸੇਫਟੀ ਨੈੱਟ ਰੱਖ ਸਕਦੇ ਹੋ ਵੀ ਕੱਲ੍ਹ ਨੂੰ ਤੁਹਾਨੂੰ ਬਾਹਰਲੇ ਮੁਲਕ ਦੇ ਵਿੱਚ ਕੁਛ ਵੀ ਹੋ ਗਿਆ, ਦੇਖੋ ਤੁਹਾਡਾ ਘਾਟਾ ਤਾਂ ਪੂਰਾ ਹੋਣਾ ਨਹੀਂ ਹੈਗਾ। ਪਰ ਜਿਹੜੀ ਉਹਨਾਂ ਨੂੰ ਮੁੜ ਕੇ ਪੈਸੇ ਵਾਲੀ ਤੰਗੀ ਹੋਣੀ ਆ,
ਉਹਦੇ ਵੱਲੋਂ ਤੁਸੀਂ ਆਪਣੀ ਫੈਮਿਲੀ ਨੂੰ ਆਪਣੀ ਸਪਾਊਸ ਨੂੰ ਘੱਟੋ ਘੱਟ ਉਹ ਪੈਸੇ ਵੱਲੋਂ ਤੰਗ ਨਹੀਂ ਹੋਣਗੇ। ਸੋ ਜਦੋਂ ਤੁਸੀਂ ਇੰਡੀਆ ਦੇ ਵਿੱਚ ਟਰਮ ਇੰਸ਼ੋਰੈਂਸ ਕਰਾਉਂਦੇ ਹੋ ਤੁਹਾਨੂੰ ਲੋਅਰ ਪ੍ਰੀਮੀਅਮ ਮਿਲਦਾ। ਇਹੀ ਇਕੱਲਾ ਫਾਇਦਾ ਨਹੀਂ ਹੈਗਾ, ਹੋਰ ਵੀ ਕਈ ਫਾਇਦੇ ਨੇ ਇੰਡੀਆ ਤੋਂ ਟਰਮ ਇੰਸ਼ੋਰੈਂਸ ਕਰਵਾਉਣ ਦੇ। ਪਹਿਲਾ, NRI ਯੂਜ਼ਿੰਗ ਦੇਅਰ NRE ਅਕਾਊਂਟਸ ਅਲਾਊਸ 18% GST ਵੇਵਰ, ਤੇ ਉਸ ਤੋਂ ਇਲਾਵਾ ਜੇ ਤੁਸੀਂ ਐਨੂਅਲੀ ਪੇ ਕਰਦੇ ਹੋ ਤਾਂ ਤੁਹਾਨੂੰ ਐਕਸਟਰਾ 5% ਡਿਸਕਾਊਂਟ ਮਿਲ ਜਾਂਦਾ। ਸੋ ਓਵਰਆਲ ਯੂ ਆਰ ਸੇਵਿੰਗ 23%, ਕੁੱਲ ਮਿਲਾ ਕੇ ਤੁਹਾਡੇ ਪੈਸੇ ਬਚ ਰਹੇ ਨੇ। ਫਿਰ ਬਹੁਤ ਸਾਰੀਆਂ ਕੰਟਰੀਆਂ ਜਿੱਦਾਂ UK, US ਦੇ ਵਿੱਚ ਪਾਲਿਸੀ ਟਰਮਸ ਹੁੰਦੀਆਂ ਨੇ ਜਿਹੜੀਆਂ ਰਿਸਟ੍ਰਿਕਟ ਕਰਦੀਆਂ ਨੇ ਟੂ ਅ ਮੈਕਸੀਮਮ ਆਫ 30-40 ਈਅਰਸ ਵਿਦ ਕਵਰੇਜ ਅਲਾਊਡ ਅਪ ਟੂ 85 ਈਅਰਸ, ਬਟ ਇੰਡੀਆ ਦੇ ਟਰਮਸ ਪਲਾਨ ਕਵਰ ਕਰਦੇ ਨੇ ਜੀ ਫਾਰ ਹੋਲ ਲਾਈਫ, ਦੈਟ ਇਜ 99 ਈਅਰਸ। ਸੋ ਜੇ ਤੁਸੀਂ ਵੀ ਆਪਣੀ ਫੈਮਿਲੀ ਬਾਰੇ ਸੋਚਦੇ ਹੋ, ਤੁਸੀਂ ਵੀ ਉਹਨਾਂ ਦਾ ਫਿਊਚਰ ਸਿਕਿਓਰ ਕਰਨਾ ਚਾਹੁੰਦੇ ਹੋ ਵੀ ਕੱਲ੍ਹ ਤੁਹਾਨੂੰ ਕੁਛ ਹੋ ਜੇ ਤਾਂ ਉਹਨਾਂ ਨੂੰ ਪੈਸੇ ਦੀ ਤੰਗੀ ਨਾ ਆਵੇ, ਸਟਾਰਟ ਲੁਕਿੰਗ ਇਨ ਟੂ ਟਰਮ ਇੰਸ਼ੋਰੈਂਸ। ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਪਹਿਲੇ ਕਮੈਂਟ ਦੇ ਵਿੱਚ ਵੀ ਪਿੰਨ ਕਰ ਦੂੰਗਾ, ਤੁਸੀਂ ਉਹਦੇ ਉੱਤੇ ਕਲਿੱਕ ਕਰਕੇ ਆਪਣੀਆਂ ਡੀਟੇਲਸ ਫਿਲ ਕਰੋ ਤੇ ਸਿਲੈਕਟ ਕਰੋ ਤੁਹਾਡੇ ਲਈ ਜਿਹੜਾ ਬੈਸਟ ਟਰਮ ਇੰਸ਼ੋਰੈਂਸ ਪਲਾਨ ਆ ਦੈਟ ਸੂਟਸ ਯੂਅਰ ਨੀਡਸ। ਤੇ ਜੀ ਹੁਣ ਮੈਂ ਤੇ ਸ਼ਨ ਜਾ ਰਹੇ ਹਾਂ ਭੂਆ ਜੀ ਕੋਲੇ, ਉਹਨਾਂ ਨੂੰ ਪਿੱਕ ਕਰਕੇ ਅਸੀਂ ਕਿਤੇ ਅੱਗੇ ਜਾਣਾ। ਜੇ ਐ ਵੀ ਘਰੇ ਹੋਇਆ ਸਾਡੇ ਨਾਲ ਉਹ ਵੀ ਚੱਲੂਗਾ। ਭੂਆ ਜੀ ਨੂੰ ਕਰ ਲਿਆ ਪਿੱਕ ਹੁਣ। ਨਹੀਂ ਭੂਆ ਜੀ, ਮੈਂ ਵੈਸੇ ਵੀ ਪਿੱਛੇ ਬੈਠਦੀ ਆ। ਲਓ ਜੀ ਆਪਾਂ ਪਹੁੰਚ ਗਏ ਨਾਨਸੈਂਸ, ਕਿੰਨਾ ਕ੍ਰੀਏਟਿਵ ਜਿਹਾ ਨਾਮ ਆ ਹਨਾ। ਨਾਉ ਓਪਨ, ਇੱਧਰ ਦੇਖੋ, ਇਹਦਾ ਇੱਕ ਪੀਜ਼ਾ ਬਣਾਤਾ, ਘੈਂਟ ਲੱਗਿਆ ਮੈਨੂੰ। ਮੈਂ ਆਹ ਕੈਮਰੇ ਤੇ ਬਹੁਤ ਦਿਨਾਂ ਬਾਅਦ ਵਲੌਗ ਬਣਾਇਆ, ਮੈਂ ਕਹਿੰਦਾ ਹੁਣ ਕਦੇ ਮੈਂ ਫੋਨ ਚੱਕਿਆ ਹੀ ਨਹੀਂ ਕੈਮਰਾ, ਅੱਜ ਚੱਕਿਆ ਵਾ, ਨਹੀਂ ਤਾਂ ਸਾਰਾ ਕੁਛ ਫੋਨ ਤੇ ਹੀ ਬਣਾਈ ਆ। ਸੁਆਈ ਕਹਿੰਦੇ ਮੈਂ ਖਾਣਾ ਪੀਜ਼ਾ, ਸ਼ਰਨ ਕਹਿੰਦੀ ਆ ਮੈਂ ਖਾਣਿਆ ਮੋਮੋਜ਼। ਪੈਸੇ ਸਾਡੇ ਕੋਲ ਹਿਸਾਬ ਦੇ ਦੀ, ਪਰ ਅਸੀਂ ਸਕੀਮ ਲਾਈ, ਅਸੀਂ ਮੋਮੋਜ਼ ਪੀਜ਼ਾ ਮੰਗਵਾ ਲਏ। ਦੇਖਿਆ ਕਦੇ ਪਹਿਲਾਂ ਆਇਆ? ਹੋਰ ਬਹੁਤ ਘੈਂਟ ਘੈਂਟ ਨੇ। ਪੀਜ਼ਾ ਦੇਖ ਕੇ ਭਖੀਆ ਸ਼ਨ, ਪਹਿਲਾਂ ਤਾਂ ਹੀ ਬੈਠੀ ਸੀਗੀ। ਲਓ ਜੀ ਫੂਡ ਆਪਣਾ ਆ ਗਿਆ। ਸ਼ਨ ਕਿਵੇਂ ਆ? ਆਪਾਂ ਮੰਗਾਇਆ ਨਾਚੋਸ, ਇੱਧਰ ਚਿਕਨ ਵਾਲੀ ਆਈਟਮ ਆ, ਅਨੀਅਨ ਰਿੰਗਸ ਤੇ ਫਰਾਈਸ। ਅੰਕਲ ਤੁਸੀਂ ਵੀ ਖਾਓ ਪੁੱਤ, ਕੱਲਾ ਪਾਪਾ ਹੀ ਰਹਿ ਗਿਆ। ਅੱਛਾ ਗਰਮ ਨੀ ਉਹਨੇ ਕਰ ਦਿੱਤਾ। ਕੀ ਚਾਹੀਦਾ ਤੁਹਾਨੂੰ? ਫਰਾਈਆਂ ਚਾਹੀਦੀਆਂ? ਵੈਜੀ ਹੈ, ਵੈਜੀ ਬੰਦਾ ਨਾ ਚੋ ਕਰ ਬੜੀ ਸਵਾਦ ਚੀਜ਼ ਆ ਜਾਂਦੀ ਹੈ। ਲਓ ਵੀ ਡੈਜ਼ਰਟ ਆ ਗਈ। ਅੰਗਦ ਕਿਹੜੀ ਖਾਣੀ ਆ? ਠੀਕ ਆ। ਹੌਲੀ ਹੌਲੀ ਹੌਲੀ, ਕਿੰਨੀ ਦੇਰ ਭੱਜਦਾ ਮੁੰਡਾ, ਭੱਜਦਾ ਭੱਜਦਾ ਭੱਜ ਗਿਆ ਓਏ। ਤੇ ਉਰੇ ਉੱਪਰ ਦੀ ਬੜੀ ਨੇੜੋਂ ਦੀ ਪਲੇਨ ਜਿਹਾ ਨਿਕਲਦਾ, ਸਾਡੇ ਪਹਿਲਾਂ ਦੋ ਵਾਰੀ ਨਿਕਲ ਹਟਿਆ ਬਈ। ਬਹੁਤ ਵਧੀਆ ਲੱਗਿਆ, ਫੂਡ ਬਹੁਤ ਵਧੀਆ ਸੀ। ਹੁਣ ਆਪਾਂ ਘਰੇ ਚੱਲਦੇ ਹਾਂ। ਖੜ ਜਾ ਤੂੰ, ਖੜ ਜਾ, ਭੱਜਿਆ ਫਿਰਦਾ ਮੁੰਡਾ ਹਨੇਰੇ 'ਚ। ਓਏ ਕਾਲੇ ਕੱਚੇ ਵਾਲੇ ਆ ਜਾਣੇ ਆ। ਅੰਕਲ ਸਹੀ ਗੱਲ, ਹਾਂ ਸਹੀ ਗੱਲ। ਇੰਨਾ ਖਾ ਪੀ ਕੇ ਵੀ ਮੈਂ ਸ਼ਰਨ ਨੂੰ ਆ ਕੇ ਕਿਹਾ, ਮੈਂ ਕਿਹਾ ਯਾਰ ਤੂੰ ਦੁੱਧ ਬਣਾ ਲਾ,
ਸਾਰਾ ਜਿਵੇਂ ਆਪਾਂ ਨੂੰ ਹੁੰਦਾ ਨੀ ਵੀ ਗਰਮ ਦੁੱਧ ਪੀ ਕੇ ਨੀਂਦ ਬੜੀ ਵਧੀਆ ਆਉਂਦੀ ਆ। ਮੈਨੂੰ ਦੁੱਧ ਪੀਣ ਦਾ ਨਹੀਂ ਹੁੰਦਾ, ਹੁਣ ਮੈਂ ਦੁੱਧ ਛੱਡਤਾ। ਤੇ ਹੁਣ ਤਾਂ ਸ਼ਾਨ ਨੇ ਅੱਗੇ ਤਾਂ ਬਸ ਅੱਜ ਜਿਹੜਾ ਬਣਾ ਲਿਆ ਬਣਾ ਲਿਆ, ਫਿਰ ਤਾਂ ਇਹਦੀ ਮੰਮੀ ਨੇ ਆਇਆ, ਉਹਨਾਂ ਨੇ ਬਣਾ ਕੇ ਦੇਣਾ। ਚਾਹੇਗਾ ਸ਼ਾਨ ਤੈਨੂੰ ਤੇਰੀ ਮੰਮੀ ਦੇ ਆਉਣ ਦਾ? ਫਿਰ ਉਹ ਮੈਨੂੰ ਕਹਿੰਦੀ ਜੀ ਇੰਨੇ ਦਿਨ ਰਹਿ ਗਏ, ਇੰਨੇ ਦਿਨ ਰਹਿ ਗਏ। ਕਿੰਨੇ ਦਿਨ ਰਹਿ ਗਏ? ਅੱਜ 4। ਖੁਸ਼ ਹੈ ਕੁੜੀ, ਇੱਕ ਸੋਹਣੀ ਹੈ। ਆਹ ਕੈਮਰਾ ਜੀ ਦੇਖੋ, ਸੋਨੀ ZV-1, ਇਹਦੀ ਇੱਦਾਂ ਸਕਰੀਨ ਵੀ ਆ, ਸਾਰੀ ਫਲਿੱਪ ਹੋ ਜਾਂਦੀ ਆ ਇੱਦਾਂ। ਸੋ ਇਹ ਮੈਂ ਅੱਜ ਬਹੁਤ ਦਿਨਾਂ ਬਾਅਦ ਚੱਕਿਆ, ਮੈਂ ਸੋਚਦਾ ਵੀ ਉਹਨੂੰ ਯਾਰ ਵੇਚ ਹੀ ਦੇਵਾਂ, ਮੈਂ ਵਰਤਦਾ ਤਾਂ ਹੈ ਨੀਗਾ, ਜੇ ਕਿਸੇ ਨੇ ਲੈਣਾ ਹੋਏ ਵੀ ਕਮੈਂਟ 'ਚ ਦੱਸ ਦੇ। ਪਰ ਮੈਨੂੰ ਲੱਗਦਾ ਨਹੀਂ ਆਪਾਂ ਇਹਨੂੰ, ਹੁਣ ਤਾਂ ਬਹੁਤ ਦੇਰ ਬਾਅਦ ਅੱਜ ਚਲਾਇਆ ਸੀ। ਵੈਸੇ ਮੈਨੂੰ ਨਾ ਅੱਜ ਤੱਕ ਸਭ ਤੋਂ ਵਧੀਆ ਕੈਮਰਾ ਇਹੀ ਲੱਗਿਆ। ਅੰਗਦ ਹੀ ਸੌਂ ਗਿਆ ਸੀਗਾ ਕਾਰ ਦੇ ਵਿੱਚ, ਮੈਂ ਚੱਕ ਕੇ ਗੋਦੀ ਉਹਨੂੰ ਪਾਤਾ, ਸ਼ਾਨ ਉਹਦੀ ਜੈਕਟ ਜੁਕਟ ਲਾ ਦੇ ਜਾ ਕੇ। ਮੈਨੂੰ ਪਤਾ ਸੀ ਕਾਰ ਦੇ ਵਿੱਚ ਸੌਗਾ, ਤਾਂ ਮੈਂ ਅੱਜ ਨਾ ਫਿਰ ਉੱਥੇ ਇਹਨੂੰ ਮਤਲਬ ਇਹਦਾ ਦੰਦ ਦੁੰਦ ਉੱਥੇ ਸਾਫ਼ ਕਰਤੇ ਸੀਗੇ ਤੇ ਵਾਸ਼ਰੂਮ ਲੈ ਕੇ ਚਲੀ ਗਈ ਸੀਗੀ, ਮੈਨੂੰ ਪਤਾ ਸੀ ਸੌਗਾ ਵੀ ਘਰੇ ਜਾ ਕੇ ਆਰਾਮ ਨਾਲ। ਭੂਆ ਜੀ ਨੂੰ ਅਸੀਂ ਡ੍ਰੌਪ ਕਰ ਆਏ ਸੀਗੇ, ਵੈਸੇ ਸਾਡੇ ਨਾਲ ਐਵੀ ਨੇ ਵੀ ਆਉਣਾ ਸੀਗਾ ਪਰ ਫਿਰ ਐਵੀ ਨੇ ਕੈਂਸਲ ਕਰਤਾ, ਆਪਣੇ ਫਰੈਂਡਸ ਨਾਲ ਗਿਆ ਹੋਇਆ ਸੀਗਾ ਕਿਤੇ। ਤੇ ਹੁਣ ਬਸ ਮੈਂ ਥੋੜ੍ਹਾ ਜਿਹਾ ਕੰਮ ਕਰਨਾ ਐਡੀਟਿੰਗ ਦਾ ਤੇ ਸੌਂਦੇ ਹਾਂ ਇਸ ਤੋਂ ਬਾਅਦ। ਸਹੀ ਗੱਲ ਆ, ਸ਼ਾਇਦ ਆਪਣੀ ਮੰਮੀ ਨੂੰ ਕੋਈ ਮੈਸੇਜ ਦੇਣਾ ਚਾਹੁੰਦੀ ਹਾਂ। ਬਸ ਮੈਂ ਮੰਮੀ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਵੀ ਮੰਮੀ ਧਿਆਨ ਨਾਲ ਆਇਓ, ਮੰਮੀ ਨੇ ਬਹੁਤ ਡਰਦੇ ਨੇ ਜੀ ਵੀ ਹਾਏ ਮੈਨੂੰ ਮੈਨੂੰ ਉਹਨਾਂ ਨੂੰ ਇਹ ਟੈਨਸ਼ਨ ਹੋ ਗਈ ਵੀ ਮੈਨੂੰ ਉਹਦਾ ਸੀਟ ਨੰਬਰ ਕਿਵੇਂ ਪਤਾ ਲੱਗੂਗਾ। ਮੰਮੀ ਦੇਖੋ ਕਦੇ ਤੁਸੀਂ ਖੜਕੇ ਤਾਂ ਆਉਣ ਨਹੀਂ ਲੱਗੇ, ਉਹ ਤੁਹਾਨੂੰ ਆਪ ਛੱਡ ਕੇ ਆਉਣਗੇ ਕਿਉਂਕਿ ਮੰਮੀ ਕੋਈ ਹਿੰਦੀ ਵੀ ਨਹੀਂ ਬੋਲਦੇ ਬਾਹਲਾ। ਉੱਧਰ ਡੈਡੀ ਕਹਿੰਦੇ ਕਹਿੰਦੇ ਮੈਂ ਟਿਕਟ ਕਰਾ ਲੈਣਾ, ਬੇਗੋਰ ਵਾਲੇ ਕਹਿੰਦੇ ਸਾਥ ਹੋ ਜਾ, ਮੈਂ ਵਧੀਆ ਗੱਲ ਡੈਡੀ ਨਹੀਂ ਆਪਣੇ ਡਰਦੇ ਫਿਰ ਮੰਮੀ ਨੂੰ ਲੱਗਦਾ ਕਿਉਂਕਿ ਮੰਮੀ ਨੇ ਬੋਲਣਾ ਨੀ ਡੈਡੀ ਨੇ ਗੱਲਾਂ ਸੁਣਾਈ ਜਾਣ ਨੇ। ਸਹੀ ਗੱਲ, ਉਲਟਾ ਕੰਬੀਨੇਸ਼ਨ ਆ ਜੀ, ਉਧਰਲੇ ਮੰਮੀ ਵੀ ਘੱਟ ਬੋਲਦੇ ਨੇ, ਇਧਰਲੇ ਮੰਮੀ ਵੀ ਡੈਡੀ ਡੈਡੀ ਵੱਧ ਬੋਲਦੇ ਨੇ। ਸੋ ਲੋ ਜੀ ਆਪਾਂ ਹੁਣ ਬਸ ਦੁੱਧ ਪੀਨੇ ਆ ਤੇ ਸੌਨੇ ਆ। ਸਵੇਰੇ ਅੰਗੇ ਤਾਂ ਸਕੂਲ ਆ ਜੀ, ਮੈਂ ਵੀ ਹੁਣ ਜਾ ਕੇ ਸੌਨੇ ਆ, 10 ਮਹੀਨੇ ਹੋ ਗਏ ਬ੍ਰਸ਼ ਕਰਦੇ ਕਰ ਸੌਂਦੇ ਉਹਨੂੰ, 11 ਵੱਜ ਜਾਣੇ, 6 ਵਜੇ ਉੱਠ ਕੇ ਫਿਰ ਉਹਨੂੰ ਤਿਆਰ ਕਰਕੇ 7 ਵਜੇ ਨਾ 6:30 ਉੱਠੂਗੀ ਮੈਂ। ਅੱਜ ਸ਼ਾਮ ਤਾਂ ਸਿਰਫ 8 ਘੰਟੇ ਸੌਣਾ ਯਾਰ। ਚਲੋ ਠੀਕ ਹੈ ਜੀ, ਤੁਸੀਂ 14 ਵੀ ਕਹਿ ਲੋ, ਮੈਂ ਉਹ ਵੀ ਮੰਨਣ ਨੂੰ ਤਿਆਰ ਆ, ਪਰ ਤੁਹਾਡੀ ਉਮਰ ਲੰਬੀ ਹੋ ਗਈ। ਹਾਂ ਨਹੀਂ ਜੇ ਛੋਟੀ ਵੀ ਹੋਈ ਮੈਂ ਕੋਈ ਨਾ ਟਰਮ ਇੰਸ਼ੋਰੈਂਸ ਕਰਾਤੀ, ਮੇਰੀ ਵੀ ਥੋੜੀ ਬਹੁਤੀ ਉਮਰ ਤੁਹਾਨੂੰ ਹੈ ਤਾਂ ਹੈ ਨੀ ਮੇਰੇ ਕੋਲ ਤੈਨੂੰ ਤੇਰੀ ਦਿੱਤਾ, ਚਲੋ 1000 ਦਾ ਨਹੀਂ ਨਹੀਂ ਯਾਰ ਮੈਨੂੰ ਪਤਾ ਮੇਰੀ ਥੋੜੀ ਜੀ ਘੱਟ ਹੈ ਦੱਸਿਆ ਹੋਇਆ ਹੈ ਨਾ ਮੈਨੂੰ ਲੱਗਦਾ ਕਈ ਜਾਣੇ ਜਦੋਂ ਬਸ 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 ਇਹਦੀ ਟਰਮ ਇੰਸ਼ੋਰੈਂਸ ਕਰਾਉਣੀ ਆ ਪਹਿਲਾਂ।